ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਘਰ ਦੇ ਵਿੱਚ ਤੁਸੀਂ ਕਿਵੇਂ ਬਣਾ ਸਕਦੇ ਹੋ ਬਹੁਤ ਹੀ ਜ਼ਬਰਦਸਤ ਤਾਕਤ ਦਾ ਨੁਸਖਾ। ਜੀ ਹਾਂ, ਬਹੁਤ ਸਾਰੇ ਸਾਡੇ ਨਾਲ ਜੁੜੇ ਹੋਏ ਸੱਜਣਾ ਮਿੱਤਰਾਂ ਦੇ ਸਾਨੂੰ ਫੋਨ ਕਾਲਸ ਅਤੇ ਮੈਸੇਜ ਆਉਂਦੇ ਨੇ ਕਿ ਸਾਨੂੰ ਕੁਝ ਐਸਾ ਨੁਸਖਾ ਬਣਾਉਣਾ ਦੱਸੋ ਜੋ ਕਿ ਅਸੀਂ ਘਰ ਦੇ ਵਿੱਚ ਬਣਾ ਕੇ ਹੀ ਤਾਕਤ ਦੇ ਲਈ ਵਰਤ ਸਕੀਏ। ਸੋ ਦੋਸਤੋ, ਇਹ ਨੁਸਖਾ ਅੱਜ ਮੈਂ ਤੁਹਾਨੂੰ ਦੱਸ ਰਿਹਾ। ਇਹ ਨੁਸਖੇ ਦਾ ਪ੍ਰਯੋਗ ਮਾਨਸਿਕ ਕਮਜ਼ੋਰੀ, ਸਰੀਰਕ ਕਮਜ਼ੋਰੀ, ਮਰਦਾਨਾ ਕਮਜ਼ੋਰੀ ਦੇ ਲਈ ਕੀਤਾ ਜਾਂਦਾ। ਸੋ ਇਹਦੇ ਵਿੱਚ ਕੋਈ ਖਾਸ ਜ਼ਿਆਦਾ ਚੀਜ਼ਾਂ ਨਹੀਂ ਪੈਂਦੀਆਂ। ਇਹਦੇ ਵਿੱਚ ਘਰ ਦੀ ਰਸੋਈ ਦੇ ਵਿੱਚੋਂ ਹੀ ਕੁਝ ਚੀਜ਼ਾਂ ਲੈ ਕੇ ਅਸੀਂ ਪਾਉਂਦੇ ਹਾਂ, ਕੁਝ ਜੜੀਆਂ ਬੂਟੀਆਂ ਇਹਦੇ ਵਿੱਚ ਪ੍ਰਯੋਗ ਹੁੰਦੀਆਂ ਨੇ। ਸੋ ਇਹਨਾਂ ਜੜੀਆਂ ਬੂਟੀਆਂ ਦਾ ਕੋਈ ਸਰੀਰ ਨੂੰ ਨੁਕਸਾਨ ਵੀ ਨਹੀਂ ਹੁੰਦਾ। ਕਿਸੇ ਤਰ੍ਹਾਂ ਦੀ ਕੋਈ ਖਾਸ ਕਿਸਮ ਦਾ ਪ੍ਰਯੋਗ ਇਸ ਨੁਸਖੇ ਦੇ ਵਿੱਚ ਅਸੀਂ ਨਹੀਂ ਕਰ ਰਹੇ। ਸੋ ਇਸ ਨੁਸਖੇ ਨੂੰ ਮਤਲਬ ਕਿ ਤੁਸੀਂ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹੋ। ਕੁਝ ਸੱਜਣਾਂ ਦੇ ਸਾਨੂੰ ਇਹ ਵੀ ਕਾਲਸ ਆਉਂਦੇ ਨੇ ਕਿ ਕਿਹੜੀ ਭਸਮ ਖਾਧੀ ਜਾਵੇ, ਸੋਨੇ ਦੀ ਭਸਮ ਖਾਧੀ ਜਾਵੇ, ਹੀਰੇ ਦੀ ਭਸਮ ਖਾਧੀ ਜਾਵੇ, ਕਸਤੂਰੀ ਖਾਧੀ ਜਾਵੇ ਜਾਂ ਫਿਰ ਚਾਂਦੀ ਦੀ ਭਸਮ ਖਾਧੀ ਜਾਵੇ। ਸੋ ਦੋਸਤੋ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਭਸਮਾਂ ਦਾ ਫਾਇਦਾ ਵੀ ਬਹੁਤ ਹੁੰਦਾ, ਲੇਕਿਨ ਜੇਕਰ ਸਰੀਰ ਦੀ ਤਸੀਰ ਤੋਂ ਉਲਟ ਖਾ ਲਈ ਜਾਵੇ ਤਾਂ ਇਸ ਦਾ ਨੁਕਸਾਨ ਵੀ ਹੁੰਦਾ। ਸੋ ਜੇਕਰ ਤੁਸੀਂ ਕਿਸੇ ਖਾਸ ਕਿਸਮ ਦੀ ਭਸਮ ਲੈਣਾ ਚਾਹੁੰਦੇ ਹੋ ਜਾਂ ਖਾਸ ਕਿਸਮ ਦੀ ਦਵਾਈ ਲੈਣਾ ਚਾਹੁੰਦੇ ਹੋ ਤਾਂ ਸਾਡੀ ਤੁਸੀਂ ਸਲਾਹ ਲੈ ਸਕਦੇ ਹੋ। ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਪਰ ਜੇਕਰ ਤੁਹਾਨੂੰ ਵੈਸੇ ਹੀ ਜਨਰਲ ਕਮਜ਼ੋਰੀ ਹੈ, ਤੁਹਾਡੀ ਮੈਰਿਜ ਹੋਣ ਵਾਲੀ ਹੈ ਜਾਂ ਤੁਹਾਡੀ ਮੈਰਿਜ ਹੋਈ ਹੈ, ਘਰ ਦੇ ਵਿੱਚ ਕਿਸੇ ਨੂੰ ਵੀ ਵੀਕਨੈਸ ਹੈ, ਉਮਰ 16 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ, ਤਾਂ ਇਹ ਨੁਸਖੇ ਦਾ ਪ੍ਰਯੋਗ ਤੁਸੀਂ ਕਰ ਸਕਦੇ ਹੋ। ਸੋ ਦੋਸਤੋ, ਜੋ ਇਹ ਨੁਸਖੇ ਦੇ ਵਿੱਚ ਸਾਨੂੰ ਚੀਜ਼ਾਂ ਚਾਹੀਦੀਆਂ ਨੇ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਉਹ ਦੱਸ ਦਿੰਦਾ ਕਿ ਸਾਨੂੰ ਕੀ ਕੁਝ ਚਾਹੀਦਾ। ਸਾਨੂੰ ਇਸ ਨੁਸਖੇ ਦੇ ਵਿੱਚ ਵਰਤਣ ਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਵੇਸਣ ਚਾਹੀਦਾ ਹੈ। ਵੇਸਣ ਦੇ ਵਿੱਚ ਅਸੀਂ ਇਹ ਨੁਸਖਾ ਬਣਾਵਾਂਗੇ। ਜਿਵੇਂ ਆਮ ਅਸੀਂ ਘਰ ਦੇ ਵਿੱਚ ਵੇਸਣ ਬਣਾਉਂਦੇ ਹਾਂ ਖਾਣ ਦੇ ਵਾਸਤੇ, ਤਾਂ ਇਸ ਵਾਰ ਤੁਸੀਂ ਇਹ ਬਣਾ ਕੇ ਦੇਖੋ, ਸਵਾਦ ਵੀ ਬਣੇਗਾ ਅਤੇ ਇਹ ਬਹੁਤ ਹੀ ਸਰੀਰ ਨੂੰ ਫਾਇਦਾ ਕਰਨ ਵਾਲਾ ਨੁਸਖਾ ਹੈ। ਸੋ ਦੋਸਤੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹਦੇ ਵਿੱਚ ਚਾਹੀਦਾ ਵੇਸਣ। ਵੇਸਣ ਅਸੀਂ ਲਵਾਂਗੇ 1 ਕਿਲੋ। ਫਿਰ ਸਾਨੂੰ ਮਗਜ ਚਾਹੀਦੇ ਨੇ। ਮਗਜ ਆਪਾਂ ਖਰਬੂਜੇ ਦੇ ਲੈ ਸਕਦੇ ਹਾਂ 50 ਗ੍ਰਾਮ। ਸੁੰਡ ਦਾ ਪਾਊਡਰ ਜਾਂ ਘਰੇ ਸੁੰਡ ਲੈ ਕੇ ਪੀਸ ਲਓ 50 ਗ੍ਰਾਮ। ਮੂਸਲੀ ਅਸੀਂ ਸਾਬਤ ਲੈ ਕੇ ਆਉਣੀ ਹੈ ਅਤੇ ਘਰੇ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਬਰੀਕ ਕਰ ਲੈਣੀ ਹੈ 50 ਗ੍ਰਾਮ। ਖਸਖਸ ਸਾਨੂੰ ਚਾਹੀਦੀ ਹੈ 50 ਗ੍ਰਾਮ। ਅਸ਼ਵਗੰਧਾ ਸਾਨੂੰ ਵਧੀਆ ਚਾਹੀਦਾ 50 ਗ੍ਰਾਮ। ਸਾਨੂੰ ਸ਼ਤਾਵਰ ਚਾਹੀਦੀ ਹੈ ਜੀ 50 ਗ੍ਰਾਮ, ਇਸਨੂੰ ਵੀ ਅਸੀਂ ਪੀਸ ਲਵਾਂਗੇ। ਕਮਰਕਸ ਸਾਨੂੰ ਚਾਹੀਦੀ ਹੈ 50 ਗ੍ਰਾਮ। ਕਿੱਕਰ ਗੂੰਦ ਸਾਨੂੰ ਚਾਹੀਦੀ ਹੈ 50 ਗ੍ਰਾਮ। ਛੱਲਾ ਗੂੰਦ ਵੀ ਸਾਨੂੰ 50 ਗ੍ਰਾਮ ਚਾਹੀਦੀ ਹੈ। ਇਹ 3 ਗੂੰਦਾਂ ਤੁਸੀਂ ਪਾ ਲਓ। ਅਤੇ ਜੇਕਰ ਸਾਨੂੰ ਸ਼ੁੱਧ ਚਾਂਦੀ ਦੇ ਵਰਕ ਮਿਲ ਜਾਣ ਤਾਂ ਅਸੀਂ ਉਹ ਵੀ ਵਰਤ ਸਕਦੇ ਹਾਂ। ਅਤੇ ਜੋ ਸ਼ੁੱਧ ਦੇਸੀ ਘਿਓ ਸਾਨੂੰ ਚਾਹੀਦਾ ਉਹ 1 ਕਿਲੋ ਸਾਡਾ ਲੱਗੇਗਾ ਜੀ ਇਸ ਨੁਸਖੇ ਦੇ ਵਿੱਚ। ਮਖਾਣਾ ਸਾਨੂੰ ਚਾਹੀਦਾ 20 ਗ੍ਰਾਮ ਦੇ ਲਗਭਗ। ਖੰਡ ਸਾਨੂੰ ਚਾਹੀਦੀ ਹੈ ਜੀ 600 ਗ੍ਰਾਮ। ਸੋ ਆਓ ਬਿਨਾਂ ਕੋਈ ਦੇਰੀ ਕੀਤੇ ਨੁਸਖਾ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਸਾਡੇ ਕੋਲ ਸਮਾਨ ਆ, ਅਸੀਂ ਇਸ ਨੂੰ ਪੀਸ ਲਵਾਂਗੇ ਜੜੀਆਂ ਬੂਟੀਆਂ ਦੇ ਸਮੇਤ, ਜਿਵੇਂ ਕਿ ਅਸ਼ਵਗੰਧਾ, ਸ਼ਤਾਵਰ, ਸਫੇਦ ਮੂਸਲੀ, ਮਗਜ, ਖਸਖਸ, ਸੁੰਡ ਸਾਡੇ ਕੋਲ ਪਹਿਲਾਂ ਹੀ ਪੀਸੀ ਹੋਈ ਹੈ। ਇਹਨਾਂ ਸਾਰੀਆਂ ਪੀਸੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਇੱਕ ਹੀ ਜਗ੍ਹਾ ਦੇ ਉੱਪਰ ਰਲਾ ਲੈਣਾ ਹੈ। ਉਸ ਤੋਂ ਬਾਅਦ ਅਸੀਂ ਕੜਾਈ ਦੇ ਵਿੱਚ ਥੋੜਾ ਘਿਓ ਪਾਵਾਂਗੇ। ਘਿਓ ਪਾ ਕੇ ਅਸੀਂ ਗੂੰਦਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਅਸੀਂ ਗੂੰਦਾਂ ਨੂੰ ਭੁੰਨਣ ਤੋਂ ਪਹਿਲਾਂ ਥੋੜਾ ਜਿਹਾ ਰਗੜ ਵੀ ਸਕਦੇ ਹਾਂ ਅਤੇ ਗੂੰਦਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਰਗੜ ਲਵਾਂਗੇ। ਇਹਦਾ ਲੇਪ ਜਿਹਾ ਬਣ ਜਾਵੇਗਾ।
ਅਤੇ ਨਾਲ ਦੀ ਨਾਲ ਜੋ ਗੂੰਦਾਂ ਅਸੀਂ ਪਹਿਲਾਂ ਭੁੰਨ ਕੇ ਬਾਅਦ ਵਿੱਚ ਪੀਸੀਆਂ ਹਨ ਉਹ ਪਾ ਦੇਣੀਆਂ ਹਨ। ਜਦੋਂ ਸਾਡਾ ਵੇਸਣ ਚੰਗੀ ਤਰ੍ਹਾਂ ਪੱਕ ਕੇ ਲਾਲ ਹੋ ਜਾਵੇ, ਦੂਸਰੀ ਸਮੱਗਰੀ ਅਸੀਂ ਇਹਦੇ ਵਿੱਚ ਪਾ ਦਿੱਤੀ ਹੋਵੇ, ਫਿਰ ਅਸੀਂ ਇਸ ਦੇ ਵਿੱਚ ਚਾਸ਼ਨੀ ਨੂੰ ਐਡ ਕਰਾਂਗੇ। ਤੁਸੀਂ ਖੰਡ ਦੀ ਜਾਂ ਗੁੜ ਦੀ ਚਾਸ਼ਨੀ ਵੀ ਬਣਾ ਸਕਦੇ ਹੋ। ਅਤੇ ਇਸ ਤੋਂ ਬਾਅਦ ਜਦ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਇਸ ਉੱਪਰ ਆਪਾਂ ਚਾਂਦੀ ਦੇ ਵਰਕ ਲਗਾ ਸਕਦੇ ਹਾਂ ਅਤੇ ਇਸ ਨੂੰ ਪੀਸਾਂ ਦੇ ਵਿੱਚ ਕੱਟ ਸਕਦੇ ਹਾਂ ਜਾਂ ਫਿਰ ਗੋਲ ਲੱਡੂ ਵੀ ਬਣਾ ਸਕਦੇ ਹਾਂ। ਦੋਸਤੋ, ਇਹ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਨੁਸਖਾ ਬੇਸ਼ੁਮਾਰ ਤਾਕਤ ਦੇਣ ਵਾਲਾ, ਦਿਮਾਗੀ ਤਾਕਤ ਦੇਣ ਵਾਲਾ, ਮਰਦਾਨਾ ਤਾਕਤ ਦੇਣ ਵਾਲਾ, ਸਰੀਰਕ ਤਾਕਤ ਦੇਣ ਵਾਲਾ ਹੈ। ਜੋ ਵਿਅਕਤੀ ਬਹੁਤ ਹੀ ਜ਼ਿਆਦਾ ਮਿਹਨਤ ਕਰਦਾ ਹੈ ਜਾਂ ਜਿੰਮ ਲਾਉਂਦਾ ਹੈ ਉਹ ਇਸ ਦੇ 2 ਪੀਸ ਖਾ ਸਕਦਾ, ਅਤੇ ਆਮ ਵਿਅਕਤੀ ਜੋ ਜਿੰਮ ਨਹੀਂ ਜਾਂਦਾ ਜਾਂ ਰੈਗੂਲਰ ਰੂਟੀਨ ਹੈ ਜਾਂ ਥੋੜ੍ਹੀ ਬਹੁਤ ਐਕਸਰਸਾਈਜ਼ ਹੀ ਕਰਦਾ ਹੈ ਤਾਂ ਉਹਦੇ ਵਾਸਤੇ ਸਿਰਫ 1 ਪੀਸ ਹੀ ਕਾਫੀ ਹੈ। ਇਸ ਨੂੰ ਦੁੱਧ ਦੇ ਨਾਲ ਖਾਣ ਦਾ ਵਧੇਰੇ ਫਾਇਦਾ ਮਿਲਦਾ ਹੈ। ਸੋ ਦੋਸਤੋ, ਜੇਕਰ ਤੁਹਾਡਾ ਕੋਈ ਸਵਾਲ ਹੋਵੇ ਜਾਂ ਫਿਰ ਕੋਈ ਗੱਲ ਮੇਰੇ ਕੋਲੋਂ ਦੱਸਣ ਵਾਲੀ ਰਹਿ ਗਈ ਹੋਵੇ, ਤੁਹਾਨੂੰ ਲੱਗਦਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਜਾਂ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਵਟਸਐਪ ਕਰਕੇ ਪੁੱਛ ਸਕਦੇ ਹੋ। ਸੋ ਦੋਸਤੋ, ਇਸੇ ਤਰ੍ਹਾਂ ਹੀ ਜੁੜੇ ਰਹੋ ਹਰਜਸ ਆਯੁਰਵੇਦਾ ਦੇ ਨਾਲ ਅਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਜਦੋਂ ਵੀ ਕੋਈ ਮੈਂ ਨਵੀਂ ਵੀਡੀਓ ਬਣਾਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ। ਸੋ ਦੋਸਤੋ, ਆਯੁਰਵੇਦ ਦੇ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਜਾਂ ਵਟਸਐਪ ਕਰ ਸਕਦੇ ਹੋ। ਆਪ ਜੀ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਹਰਜਸ ਆਯੁਰਵੇਦਾ ਦੇ ਨਾਲ।